ਪਾਈ ਦੀਨ ਆਪਣੇ ਮੈਂ ਕਿਸਾਨ ਮਜ਼ਦੂਰ ਸੰਘਰ ਕਮੇਟੀ ਪੰਜਾਬ ਤਰਨਤਾਰਨ ਜਿਹੜੇ ਦਾ ਉਮੀਦਵਾਰ ਪ੍ਰਧਾਨ ਵਿਆਲ ਸਿੰਘ ਮੀਆ ਬਿੰਟ ਕੀ ਗੱਲ ਬਾਤ ਹੋਈ ਜਿਹੜੇ ਨੌਜਵਾਨ ਦੀ ਡੈਥ ਹੀ ਆ ਕੀ ਲੱਗਦਾ ਜੀ ਤੁਹਾਡਾ ਤੇ ਕਿੰਨੀ ਉਮਰ ਸੀ ਇਹ ਬੱਚਾ ਜਿਹੜਾ ਸਾਡੇ ਭਤੀਆ ਹੈ ਮੇਰਾ ਸਾਡਾ ਭਰਾ ਜਗENDER ਸਿੰਘ ਦਾ ਲੜਕਾ ਹੈਗਾ ਗੁਰਪ੍ਰੀਤ ਸਿੰਘ ਇਹਨੂੰ ਕੈਨੇਡਾ ਗਿਆ ਨੂੰ ਅਜੇ 8 ਕਿ ਮਹੀਨੇ ਹੋਏ ਮਾਰਚ ਦੇ ਵਿੱਚ ਗਿਆ ਹੈ ਡਰਾਈਵ ਚ ਗਿਆ ਹੈਗਾ ਅਜੇ ਕੱਲ ਨੂੰ 7 ਤਰੀਕ ਨੂੰ ਇਹਦੀ ਦੂਸਰੀ ਟਰਾਈ ਹੈ ਤੇ ਉੱਥੇ ਆਪਣੇ ਗੱਡੀ ਸਿੱਖਦਾ ਹੈਗਾ ਪਤਾ ਨਹੀਂ ਕੀ ਚਾਂਸ ਹੋਇਆ ਉਹ ਢਿੱਲਾ ਆ ਉੱਥੇ ਤੇ ਦੋ ਘੰਟਿਆਂ ਦੇ ਵਿੱਚ ਇਹਦੀ ਮੌਤ ਹੋ ਗਈ ਆ ਕੈਨੇਡਾ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਾਡੀਆਂ ਨੌਜਵਾਨਾਂ ਦੀ ਮੌਤਾਂ ਹੋਣੀਆਂ ਇਹ ਪਤਾ ਨਹੀਂ ਕੀ ਕਾਰਨ ਕੀ ਆ ਜਾਂ ਕਲਾਈਮੇਟ ਨਹੀਂ ਠੀਕ ਜਾਂ ਕੋਈ ਗਵਰਨਮੈਂਟਾਂ ਦੀਆਂ ਚਾਲਾਂ ਵਾਂ ਇਹ ਸਮਝ ਨਹੀਂ ਆਈ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਸਾਡੇ ਨੌਜਵਾਨ ਜਿਹੜੇ ਕਮਾਈ ਕਰਨ ਵਾਸਤੇ ਜਾਂਦੇ ਆ ਵੀ ਵੀ 55 35 35 ਲੱਖ ਰੁਪਇਆ ਲਾ ਕੇ ਜਾਣਦੇ ਆ ਕਮਾਈ ਕਰਨ ਵਾਸਤੇ ਪਰ ਫੇਰ ਉਧਰੋਂ ਉਹਨਾਂ ਦੀਆਂ ਲਾਸ਼ਾਂ ਵੀ ਮਗਾਉਣ ਵਾਸਤੇ ਸਾਨੂੰ 30 35 ਲੱਖ ਰੁਪਇਆ ਲੱਗ ਜਾਂਦਾ ਵਾ ਆ ਹਾਲਾਤ ਸਾਡੇ ਬਣ ਗਿਆ ਜੇ ਸਾਡੀਆਂ ਸਰਕਾਰਾਂ ਚੰਗੀਆਂ ਹੋਣ ਸਾਡੇ ਬੱਚਿਆਂ ਨੂੰ ਨੌਕਰੀਆਂ ਇੱਥੇ ਮਿਲਣਾ ਤੇ ਸਾਡੇ ਬੱਚਿਆਂ ਦੇ ਇਸ ਤਰ੍ਹਾਂ ਜਿਹੜੀਆਂ ਵਾ ਲਾਸ਼ਾਂ ਬਾਹਰਲੇ ਮੁਲਕਾਂ ਚੋਂ ਪੈਕ ਹੋ ਗਏ ਨਾ ਹੋ ਨਾ ਕਿਉਂਕਿ ਅਸੀਂ ਸਰਕਾਰਾਂ ਨੂੰ ਕਹਿੰਦੇ ਆ ਇਹ ਤੇ ਗੌਰ ਕਰੋ ਸਾਡੇ ਬਹੁਤ ਕੀਮਤੀ ਬੱਚੇ ਜਿਹੜੇ ਜਾਨਾਂ ਦੇਣ ਦੇ ਆ ਸਰਕਾਰ ਪਾਸੋਂ ਵੀ ਮੰਗ ਕਰਦੇ ਜੀ ਸਰਕਾਰ ਪਾਸੋਂ ਇਹ ਮੰਗ ਕਰਦੇ ਆ ਵੀ ਸਾਡੇ ਬੱਚੇ ਦੀ ਲਾਸ਼ ਜਿਹੜੀ ਜਲਦੀ ਤੋਂ ਜਲਦੀ ਸਰਕਾਰ ਸਾਡਾ ਮਦਦ ਕਰੇ ਤੇ ਲਾਹ ਮਗਾਈ ਜਾਵੇ ਮੇਰਾ ਜਗENDER ਸਿੰਘਾ ਜਗENDER ਜੀ ਕਿਦੋਂ ਦਾ ਤੁਹਾਡਾ ਮੁੰਡਾ ਗਿਆ ਕੈਨੇਡਾ ਨੂੰ ਸੱਤ ਅੱਠ ਮਹੀਨੇ ਹੋ ਗਏ ਜੀ ਕਿੰਨੇ ਭੈਣ ਭਰਾ ਜੀ ਦੋ ੜਕੇ ਆ ਜੀ ਹਾਂਜੀ ਹੁਣ ਕੀ ਗੱਲਬਾਤ ਹੈ ਨਾ ਬੱਚਾ ਉਹ ਟੈਗ ਪਣੀ ਹੋ ਗਿਆ ਕਿ ਪੂਰਾ ਹੋ ਗਿਆ ਵਿਚਾਰਾ ਹਾਂਜੀ ਕਰ ਕੋ ਕੀ ਮੰਗ ਕਰਦੇ ਮੰਗੋ ਸਾਡੀ ਕਿਹੜੀ ਰਹਿ ਗਈ ਜੀ ਨਹੀਂ ਛੱਡਿਆ ਕਿ ਕੀ ਮੰਗ ਕਰ ਸਕਦੇ ਅਸੀਂ ਇੱਥੇ ਇੱਕ ਦੇਖੋ ਜਿਹੜਾ ਕਿ ਪੰਜਾਬ ਯਾਬ ਇੱਥੇ ਪਹੁੰਚਣਾ ਚਾਹੀਦਾ ਸਾਡੇ ਕੋਲ ਆਹੀਂ ਚਲ ਵੀ ਵਾਖ ਲਈਏ ਕਰੀ ਇਹ ਜੋ ਹੁਣ ਹੋ ਗਏ ਹਨ ਵਸਦੀ ਗੱਲ ਦੀ ਕੈਸੀ ਗੱਲਾ ਵਾ ਇੱਥੇ ਇੱਕ ਹੀ ਆ ਜੂ ਚਲ ਵੀ ਦੇਖ ਲਈਏ ਇੱਥੇ ਆ ਸਾਡੀ ਮੰਗ ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ ਲਖਵਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜਾ ਕਿ ਕਾਫੀ ਨੌਜਵਾਨਾਂ ਦੀਆਂ ਮੌਤਾਂ ਜਿਹੜੀਆਂ ਕੈਨੇਡਾ ਦੇ ਵਿੱਚ ਹੋ ਰਹੀਆਂ ਐ ਅੱਜ ਇੱਕ ਹੋਰ ਨੌਜਵਾਨ ਦੀ ਮੌਤ ਹੋਈ ਹੈ ਜੀ ਕੀ ਨਾਮ ਸੀ ਉਹਦਾ ਉਹਦਾ ਨਾਮ ਰਪੇਸ਼ ਸਿੰਘ ਜੀ ਤੇ ਉਹ ਵਿਚਾਰਾ ਇਥੋਂ ਦੇ ਸਿੱਖਣ ਗਿਆ ਸੀ ਗੱਡੀ ਦਾ ਲਾਇਸੈਂਸ ਬਣਾ ਕੇ ਤੇ ਕਮਾਈ ਕਰਨ ਵਾਸਤੇ ਗਿਆ ਤੇ ਉੱਥੇ ਦਾ ਉੱਥੇ ਰਹਿ ਗਿਆ ਵਗੈਰਾ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਤੇ ਇਹ ਚਾਹੁੰਦੇ ਹਾਂ ਜੀ ਉਹਦੀ ਲਾਸ਼ ਜਿਹੜੀ ਆ ਉੱਥੇ ਸਰਕਾਰ ਨੂੰ ਪੁੱਛਦੀ ਕਰਨੀ ਚਾਹੀਦੀ ਆ ਇਹਨਾਂ ਚੀਜ਼ਾਂ ਦੇ ਇਹਨਾਂ ਨੂੰ ਗੌਰ ਕਰਨਾ ਚਾਹੀਦਾ ਵੀ ਇਹ ਜਿਹੜੀਆਂ ਨੀਆਂ ਮੌਤਾਂ ਹੁੰਡੀਆਂ ਕਿਉਂ ਹੁੰਡੀਆਂ ਇਹ ਵੈਗਰੂ ਜਾਣਦਾ ਵੀ ਕਿਉਂ ਹੁੰਦੀਆਂ